ਤੁਹਾਨੂੰ ਸ਼ਾਇਦ ਨਹੀਂ ਪਤਾ ਕਾਫੀ ਮੇਰੇ ਜਿਹੜੇ ਫੈਨਸ ਨੇ ਪੇਜ ਤੇ ਵੀ ਨੇ ਜਗਾ ਜਗਾ ਜੁੜੇ ਸਾਰਿਆਂ ਨੂੰ ਪਤਾ ਹੈ ਮੇਰੇ ਇੱਕ ਘਰ ਦੇ ਵਿੱਚ ਕੋਈ ਛੋਟੀ ਜੀ ਪਹਿਲਾਂ ਕੋਈ ਪ੍ਰੋਬਲਮ ਸੀਗੀ ਤੇ ਉਸ ਪ੍ਰੋਬਲਮ ਕਰਕੇ ਉਸ ਤੋਂ ਬਾਅਦ ਮੈਂ ਆਪੇ ਉਹ ਕੁਝ ਉਲਝਣਾ ਚ ਐਸਾ ਉਲਝਿਆ ਉਹਨਾਂ ਨੂੰ ਠੀਕ ਕਰਨ ਦੇ ਚੱਕਰ ਚ 3-4 ਸਾਲ ਖਰਾਬ ਹੋਏ 3-4 ਸਾਲ ਤੋਂ ਬਾਅਦ ਦੁਬਾਰਾ ਇਸ ਲੀ ਤੇ ਚੜਨ ਲਈ ਜਦੋਂ ਆਪਾਂ ਗੱਡੀ ਇੱਕ ਵਾਰ ਲੀ ਤੋਂ ਉਤਰਦੀ ਹੈ ਨਾ ਦੁਬਾਰਾ ਚੜਨ ਲੱਗੇ ਬਹੁਤ ਮੁਸ਼ਕਿਲਾਂ ਆਉਂਦੀਆਂ ਨੇ ਦੁਆਰਾ ਜਦ ਤੱਕ ਲੀਤੇ ਆਉਣਾ ਸੀ ਜਦ ਤੱਕ ਪੂਰਾ ਇੰਡਸਟਰੀ ਦਾ ਜਿਹੜਾ ਰੁਖ ਸੀ ਉਹ ਚੇਂਜ ਹੋ ਚੁੱਕਿਆ ਸੀ ਸਟਾਈਲ ਚੇਂਜ ਹੋ ਚੁੱਕਿਆ ਸੀ ਗਾਣਿਆਂ ਦਾ ਇੱਕ ਅਲੱਗ ਹੀ ਰੂਪ ਮੇਰੇ ਸਾਹਮਣੇ ਸੀ ਉਸ ਟਾਈਮ ਜਦੋਂ ਮੈਂ ਮਾਰਕੀਟ ਸਟ ਸ਼ੁਰੂ ਕਰਨ ਲੱਗਿਆ ਫਿਰ ਕੁਝ ਉਹਨਾਂ ਗੱਲਾਂ ਕਰਕੇ ਥੋੜੇ ਟਾਈਮ ਮੈਂ ਸੋਚਿਆ ਜਿਵੇਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਕਿ ਜਿਹੜੇ ਜਦੋਂ ਨੇਰੀ ਚੱਲਦੀ ਹੈ ਜਿਹੜੇ ਦਰਖਤ ਝੁੱਕ ਜਾਂਦੇ ਨੇ ਉਹ ਜੜਾਂ ਤੋਂ ਨਹੀਂ ਪੱਟੇ ਜਾਂਦੇ ਉਹ ਬਚ ਜਾਂਦੇ ਨੇ ਸੋ ਜਿੰਨੇ ਸਿਆਣੇ ਆਰਟਿਸਟ ਸੀ ਉਹ ਜਦੋਂ ਇਹ ਨੇਰੀ ਚੱਲ ਰਹੀ ਸੀ ਜਾਂ ਚੱਲ ਰਹੀ ਹੈ ਉਹ ਸਾਰੇ ਸ਼ਾਂਤੋ ਕੇ ਬੈਠੇ ਰਹੇ ਹੁਣ ਜਦੋਂ ਲੱਗਿਆ ਕਿ ਲੋਗਨ ਲੱਗਦਾ ਕਿ ਇਹ ਚੀਜ਼ ਬਹੁਤ ਐਕਸੈਸਿਵ ਵਿੱਚ ਹੋ ਚੁੱਕੀ ਹੈ ਹਨਾ ਜਿਹੜੇ ਲਾਈਵ ਕਾਨਸਰਟ ਤੇ ਅਸੀਂ ਗਾਉਣੇ ਆ ਉਥੇ ਜਾ ਕੇ ਬਹੁਤ ਲੋਗ ਨਹੀਂ ਉਹ ਚੀਜ਼ ਪਰਫਾਰਮ ਕਰ पाए ਪੁਰਾਣਿਆਂ ਦੀ ਯਾਦ ਆਉਂਦੀ ਹੈ ਜਦੋਂ ਲੋਕਾਂ ਨੂੰ ਫਿਰ ਸਾਰਿਆਂ ਨੂੰ ਲੱਗਿਆ ਕਿ ਹੁਣ ਆਪਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ